ਇਹ ਨੇ ਮਾਛੀਵਾੜਾ ਦੇ ਪਿੰਡ ਪੱਟੀਆਂ ਦੇ ਰਹਿਣ ਵਾਲੇ ਸਾਜਿਦ ਅਤੇ ਉਸਦੀ ਪਤਨੀ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਨਾ ਮੁਸਲਮਾਨਾਂ ਵਾਲੇ ਅਤੇ ਆਪਣੀ ਕੁੜੀ ਦੇ ਫੇਰੇ ਕਰਵਾਉਣ ਦੀ ਤਿਆਰੀ ਕਿਵੇਂ ਕਰ ਰਹੇ ਨੇ। ਜ਼ਿਆਦਾ ਸੋਚੋ ਨਾ ਜਨਾਬ। ਅਸਲ ਚ ਪਿੰਡ ਪੱਟੀਆਂ ਦੀ ਰਹਿਣ ਵਾਲੀ ਕੁੜੀ ਪੂਜਾ ਦਾ ਸਾਹਨੇਵਾਲ ਦੇ ਰਹਿਣ ਵਾਲੇ ਸੋਨੂ ਨਾਲ ਲਾਕਡਾਊਨ ਤੋਂ ਪਹਿਲਾਂ ਰੋਕਾ ਹੋਣ ਉਪਰੰਤ ਵਿਆਹ ਤੈਅ ਹੋਇਆ ਸੀ, ਪਰ ਇਸੇ ਦੌਰਾਨ ਪੂਜਾ ਦੇ ਮਾਤਾ ਪਿਤਾ ਲਾਕਡਾਊਨ ਕਰਕੇ ਯੂਪੀ ਚ ਹੀ ਫਸ ਗਏ। ਪਰ ਉਹ ਆਪਣੀ ਬੇਟੀ ਦਾ ਵਿਆਹ ਸਮੇਂ ਸਿਰ ਹੀ ਕਰਨਾ ਚਾਹੁੰਦੇ ਸਨ। ਅਜਿਹੇ ਚ ਜਦੋਂ ਉਹਨਾਂ ਨੂੰ ਕੁਝ ਹੋਰ ਨਾ ਸੁਝਾ ਤਾਂ ਪੂਜਾ ਦੇ ਪਿਓ ਨੇ ਪੰਜਾਬ ਰਹਿੰਦੇ ਆਪਣੇ ਦੋਸਤ ਸਾਜਿਦ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ। ਆਪਣੇ ਹਿੰਦੂ ਭਰਾ ਦੀ ਸਮੱਸਿਆ ਸੁਣ ਕੇ ਮੁਸਲਮਾਨ ਸਾਜਿਦ ਨੇ ਇੱਕੋ ਝਟਕੇ ਚ ਕਹਿ ਕੇ ਸਾਰੇ ਪਰਿਵਾਰ ਨੂੰ ਹੈਰਾਨ ਅਤੇ ਖੁਸ਼ ਕਰ ਦਿੱਤਾ ਕਿ ਉਹ ਪੂਜਾ ਦਾ ਕੰਨਿਆਦਾਨ ਖੁਦ ਆਪਣੇ ਹੱਥੀ ਸਮੇਂ ਸਿਰ ਕਰੇਗਾ। ਬਸ ਫੇਰ ਕੀ ਸੀ, ਪੂਰੇ ਮੁਸਲਿਮ ਪਰਿਵਾਰ ਨੇ ਪੂਜਾ ਦਾ ਹਿੰਦੂ ਰੀਤੀ ਰਿਵਾਜ਼ਾਂ ਨਾਲ ਕੰਨਿਆਦਾਨ ਕਰਕੇ ਭਾਈਚਾਰੇ ਦੀ ਇੱਕ ਵੱਖਰੀ ਮਿਸਾਲ ਪੇਸ਼ ਕਰ ਦਿੱਤੀ। ਮੈਂ ਮੁਸਲਿਮ ਪਰਿਵਾਰ ਸੇ ਹੂੰ, ਇਹ ਲੜਕੀ ਹੈ ਜਿਸੇ ਹਮਾਰੀ ਜਾਨ ਪਹਿਚਾਨ ਹੈ, ਔਰ ਹਿੰਦੂ ਪਰਿਵਾਰ ਸੇ ਹੈ। ਮੈਂ ਇਹ ਅੱਜ ਸ਼ਾਦੀ ਕਰਾ ਰਹਾ ਹੂੰ। ਲੜਕਾ ਸਾਹਨੇਵਾਲ ਸੇ ਹੈ, ਲੜਕਾ ਵੀ ਹਿੰਦੂ ਪਰਿਵਾਰ ਸੇ ਹੈ। ਇਨਕੇ ਮਾਂ ਬਾਪ ਲੋਕਡਾਊਨ ਮੇਂ ਫਸੇ ਹੋਏ ਹੈ, ਇਸਕੇ ਵਜਹ ਸੇ ਸਾਰਾ ਕਾਮ ਹਮ ਕਰ ਰਹੇ ਹੈਂ। ਹਿੰਦੂ ਮੁਸਲਮਾਨ ਮੇਂ ਸਭ ਇੱਕ ਹੈ, ਭਾਈ ਭਾਈ ਹੈ, ਉਸਮੇਂ ਕੋਈ ਭੇਦਭਾਵ ਨਹੀਂ ਰਹਿਣਾ ਚਾਹੀਏ। ਠੀਕ ਹੈ, ਆਗੇ ਵੀ ਕਿਸੇ ਕੋਈ ਮੌਕਾ ਮਿਲੇ ਤਾਂ ਉਹ ਵੀ ਆਪਣਾ ਕਾਮ ਕਰੇ। ਉਧਰ ਵਿਆਹ ਹੋਣ ਉਪਰੰਤ ਲਾੜਾ ਅਤੇ ਲਾੜੀ ਨੇ ਮੁਸਲਿਮ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਜਾਤੀਵਾਦ ਅਤੇ ਧਰਮ ਤੋਂ ਉੱਪਰ ਉੱਠ ਕੇ ਸੋਚਣ ਦੀ ਗੱਲ ਕਹੀ। ਮੇਰਾ ਨਾਮ ਸੁਦੇਸ਼ ਕੁਮਾਰ ਸੋਨੂ ਹੈ ਅਤੇ ਮੈਂ ਇੱਕ ਹਿੰਦੂ ਲੜਕੀ ਸੇ ਸ਼ਾਦੀ ਕਰ ਰਹਾ ਹੂੰ, ਔਰ ਮੇਰੇ ਕੋ ਖੁਸ਼ੀ ਹੈ ਵੀ ਇੱਕ ਮੁਸਲਿਮ ਪਰਿਵਾਰ ਸੇ ਸ਼ਾਦੀ ਕਰਵਾ ਰਹੇ ਹੈ। ਇਹ ਵੀ ਸਿੰਪਲ ਸ਼ਾਦੀ ਕਰੋ, ਭੇਦਭਾਵ ਨਹੀਂ ਰੱਖਣਾ ਚਾਹੀਏ ਹਿੰਦੂ ਚਾਹੇ ਮੁਸਲਮਾਨ, ਆਪਣਾ ਜੋ ਅੱਛਾ ਲੱਗੇ ਉਹ ਕਰਨਾ ਚਾਹੀਏ। ਆਪਕੇ ਮਾਂ ਬਾਪ ਗਾਉਂ ਮੇਂ ਫਸ ਗਏ ਹੈ। कहाँ पर है वो माँ बाप? अच्छा, अब आपकी शादी कौन करा रहा है? मेरे भाई मामा लगते हैं, वैसे मुसलमान हैं। अच्छा, ये आपका कन्यादान कर रहे हैं? हाँ जी। आपको खुशी है इस बात की भी ये काम कर रहे हैं जी? हाँ जी। फिलहाल एक मुस्लिम परिवार वालों हिंदू कुड़ी नु धी बना के औखे वेले निभाए गए साथ दे चर्चे हुण पूरे इलाके च हो रहे ने। हकीकत टीवी पंजाबी लई खन्ना तों रविंदर सिंह ढिल्लों दी रिपोर्ट।